ਕੰਧ ਪਾੜ ਕੇ ਚੋਰਾਂ ਵੱਲੋਂ ਅਤੇ ਸਾਰੀਆਂ ਅਲਮਾਰੀਆਂ ਅਲਮੂਰੀਆਂ ਤੋੜ ਕੇ ਅਤੇ ਚੋਰੀ ਕੀਤੀ। ਸਰ 16-12 ਬੋਰ ਦੀਆਂ ਕੰਨਾਂ ਸੀ, 4 ਰਿਵਾਲਵਰ ਸੀ, 1 ਪਿਸਟਲ ਸੀ, 1 ਰਾਈਫਲ ਸੀ। ਹਾਂਜੀ, ਜਿਹੜੇ ਚੋਰੀ ਕਰਕੇ ਲੈ ਗਏ ਆ। ਲੋਕਸ ਟੁੱਟੇ ਅਤੇ ਦੀਵਾਰ ਟੁੱਟੀ ਹੋਈ ਪਾਈ ਗਈ ਹੈ ਅਤੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਹੂ ਇਜ਼ ਇਨਵੋਲਵਡ, ਅਤੇ ਫਰਦਰ ਸੀਕ੍ਰੇਸੀ ਰੱਖਣਾ ਚਾਹਾਂਗੇ ਅਸੀਂ ਇਸ ਮੈਟਰ ਦੇ ਉੱਤੇ, ਤਾਂ ਕਿ ਕਿਸੇ ਨੂੰ ਹੋਰ ਜਿਹੜਾ ਅਨਵਾਰੰਟਿਡ ਲੋਕਾਂ ਨੂੰ ਉਹਨਾਂ ਵਿੱਚ ਪਤਾ ਲੱਗ ਜਾਵੇ ਅਤੇ ਕੋਈ ਭੱਜਣ ਦੀ ਕੋਸ਼ਿਸ਼ ਨਾ। ਮਨਮੀਤ ਸਿੰਘ ਮੇਰਾ ਨਾਮ, ਸਰ ਮੀਤ ਗਨ ਹਾਊਸ ਹੈ ਮੇਰਾ, ਅਤੇ ਮੈਂ ਸਰ ਅੱਜ 2 ਵਜੇ ਦੇ ਕਰੀਬ ਆਇਆ ਜਦੋਂ ਅਤੇ ਮੈਂ ਵੇਖਿਆ ਵੀ ਕੰਧ ਪਾੜ ਕੇ ਚੋਰਾਂ ਵੱਲੋਂ ਅਤੇ ਸਾਰੀਆਂ ਅਲਮਾਰੀਆਂ ਅਲਮੂਰੀਆਂ ਤੋੜ ਕੇ ਅਤੇ ਚੋਰੀ ਕੀਤੀ ਗਈ, ਦਰਵਾਜ਼ੇ ਤੋੜ ਕੇ। ਕੀ ਕਿਹੜੇ ਵੈਪਨ ਚੋਰੀ ਹੋਏ, ਕਿੰਨਾ ਨੁਕਸਾਨ ਹੋਇਆ ਤੁਹਾਡਾ? ਔਰ ਸਰ 16-12 ਬੋਰ ਦੀਆਂ ਕੰਨਾਂ ਸੀ, 4 ਰਿਵਾਲਵਰ ਸੀ, 1 ਪਿਸਟਲ ਸੀ, 1 ਰਾਈਫਲ ਸੀ। ਹਾਂਜੀ, ਜਿਹੜੇ ਚੋਰੀ ਕਰਕੇ ਲੈ ਗਏ ਆ, ਅਤੇ 50 ਦੇ ਗਰੀਬ ਐਮੂਨੇਸ਼ਨ ਗੋਲੀਆਂ ਜਿਹੜੀਆਂ ਚੋਰੀ ਹੋਈ ਹੈ। ਇੱਥੇ ਕਾਫੀ ਵੈਪਨਸ ਜਿਹੜੇ ਹੈਗੇ ਉਹ ਮਿਸਿੰਗ ਪਾਏ ਗਏ, ਲੋਕਸ ਟੁੱਟੇ ਅਤੇ ਦੀਵਾਰ ਟੁੱਟੀ ਹੋਈ ਪਾਈ ਗਈ ਹੈ ਅਤੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਹੂ ਇਜ਼ ਇਨਵੋਲਵਡ, ਅਤੇ ਫਰਦਰ ਸੀਕ੍ਰੇਸੀ ਰੱਖਣਾ ਚਾਹਾਂਗੇ ਅਸੀਂ ਇਸ ਮੈਟਰ ਦੇ ਉੱਤੇ, ਤਾਂ ਕਿ ਕਿਸੇ ਨੂੰ ਹੋਰ ਜਿਹੜਾ ਅਨਵਾਰੰਟਿਡ ਲੋਕਾਂ ਨੂੰ ਉਹਨਾਂ ਵਿੱਚ ਪਤਾ ਲੱਗ ਜਾਵੇ ਅਤੇ ਕੋਈ ਭੱਜਣ ਦੀ ਕੋਸ਼ਿਸ਼ ਨਾ ਕਰੇ। ਉਹ ਹਲੇ ਸਰ ਕਾਊਂਟਿੰਗ ਚੱਲ ਰਹੀ ਹੋਈ, ਦੈਟ ਇਜ਼ ਅੰਡਰ ਗੋਇੰਗ, ਉਹੀ ਪ੍ਰੋਸੈਸ ਚੱਲ ਰਿਹਾ ਹਲੇ। ਅਸੀਂ ਸਾਰਾ ਕੁਛ ਉਹਨੀ ਜਸਟ ਪ੍ਰੀਲਿਮਨਰੀ ਇਨਕੁਆਇਰੀ ਕਰੀ ਸੀ ਕਿ ਕਿਵੇਂ ਕਿਵੇਂ ਹਾਊ ਇਜ਼ ਇਟ ਗੋਇੰਗ ਅਬਾਊਟ, ਕੀ ਹੋਇਆ, ਕੀ ਟੁੱਟਿਆ, ਅਸੀਂ ਸਿਰਫ ਉਹ ਚੀਜ਼ ਹਲੇ ਦੇਖੀ ਹੈ। ਅਸੀਂ ਫਿਰ ਆਪਣੀ ਫਰਦਰ ਕਲੂਜ਼ ਟੀਮ ਨੂੰ ਬੁਲਾ ਕੇ ਦੇਖ ਰਹੇ ਹਾਂ ਕਿ ਕਿਵੇਂ ਅੱਗੇ ਪ੍ਰੋਸੈਸ ਕਰਨਾ। ਹਾਂਜੀ, ਆਰਮਜ਼ ਐਂਡ ਐਮੂਨੇਸ਼ਨ ਦੀ ਸ਼ੋਪ 'ਚੋਂ। ਹਾਂਜੀ, ਹਲੇ ਫਿਰ ਵੀ ਉਹਦਾ ਜਿਹੜਾ ਵੇਰਵਾ ਹੈ ਉਹ ਸਾਨੂੰ ਜਿਹੜੇ ਓਨਰ ਆ ਉਹ ਕੰਪਲੀਟਲੀ ਦੇਣਗੇ। ਇਹ ਹਲੇ ਕਲੀਅਰਲੀ ਆਪਾਂ ਨੂੰ ਪਤਾ ਨਹੀਂ ਹੈ, ਇਹ ਵੀ ਅੰਡਰ ਪ੍ਰੋਸੈਸ ਹੈ ਕਿਉਂਕਿ ਕਦੀ ਸ਼ੋਪ ਖੁੱਲਦੀ ਹੈ ਕਦੀ ਨਹੀਂ ਖੁੱਲਦੀ, ਤਾਂ ਉਹ ਚੀਜ਼ ਅਸੀਂ ਓਨਰ ਤੋਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੀਸੀਟੀਵੀ ਕੈਮਰੇ ਦਾ ਜਿਹੜਾ DVR ਆ ਉਹ ਸਾਨੂੰ ਹਲੇ ਰਿਕਵਰ ਨਹੀਂ ਹੋਇਆ, ਉਹ ਵੀ ਅੰਡਰ ਪ੍ਰੋਸੈਸ ਹੈ, ਜੋ ਵੀ ਜਦੋਂ ਮਿਲੇਗਾ ਅਸੀਂ ਤੁਹਾਨੂੰ। ਗਨ ਹਾਊਸ ਵਰਕਿੰਗ 'ਚ ਸੀਗਾ। ਹਾਂਜੀ, ਇਹਨਾਂ ਕੋਲ ਸੀਗਾ, ਮਤਲਬ ਜਦੋਂ ਵੀ ਆਉਂਦੇ ਸੀਗੇ ਕੋਈ ਹਫ਼ਤੇ ਪਹਿਲਾਂ ਆਏ ਆ, ਇਹਨਾਂ ਨੇ ਝਗੜਾ ਕੁਛ ਚੱਲ ਰਿਹਾ ਇਸ ਮੈਟਰ ਦੇ ਵਿੱਚ, ਤਾਂ ਹਲੇ ਚੀਜ਼ਾਂ ਕਲੀਅਰ ਹੋ